ਤੁਹਾਡਾ ਆਪਣਾ ਡਾਕਟਰ ਨਵਦੀਪ ਸਿੰਘ ਨੰਦਾ, ਤੁਹਾਡਾ ਚੈਸਟ ਅਤੇ ਬ੍ਰੈਸਟ ਸਰਜਨ, ਲੰਗ ਹਾਈਡਰੇਟਡ ਜਾਂ ਲੰਗਸ ਦੇ ਵਿੱਚ ਪੈਰਾਸਾਈਟਿਕ ਇਨਫੈਕਸ਼ਨ ਦੇ ਨਾਲ ਨਾਲ ਜਾਣਦੇ ਹਾਂ। ਇਹ ਪੇਸ਼ੈਂਟ ਕਾਫੀ ਦੇਰ ਤੋਂ ਇੱਧਰ ਉੱਧਰ ਟ੍ਰੀਟਮੈਂਟ ਕਰਾ ਰਿਹਾ ਸੀਗਾ, ਆਪਣੀ ਦਵਾਈਆਂ ਖਾ ਰਿਹਾ ਸੀਗਾ, ਬਟ ਇਹਦੀ ਖਾਂਸੀ ਦੀ ਪ੍ਰੋਬਲਮ ਠੀਕ ਨਹੀਂ ਸੀ ਹੋ ਪਾ ਰਹੀ। ਇਹਨੇ ਜਦੋਂ ਐਕਸਰੇ ਕਰਾਇਆ ਉਹਦੇ ਵਿੱਚ ਇੱਕ ਵੱਡਾ ਸਾਰਾ ਦਾਗ ਨਜ਼ਰ ਆਇਆ ਹੈ। ਇਹਨੂੰ ਕਿਹਾ ਗਿਆ ਕਿ ਬਈ ਤੂੰ ਦਵਾਈਆਂ ਖਾਂਦਾ ਰਹੇ ਤੂੰ ਠੀਕ ਹੋ ਜਾਏਗਾ। ਇੱਕ ਮਹੀਨਾ, ਦੋ ਮਹੀਨਾ, ਤਿੰਨ ਮਹੀਨਾ, ਚਾਰ ਮਹੀਨੇ ਲੰਘ ਗਏ, ਲੇਕਿਨ ਇਹਦਾ ਐਕਸਰੇ ਦੇ ਵਿੱਚ ਜਿਹੜਾ ਪੈਚ ਸੀਗਾ ਉਹ ਉਦਾਂ ਦਾ ਉਦਾਂ ਬਰਕਰਾਰ ਰਿਹਾ। ਅੱਜ ਫਾਈਨਲੀ ਇਹ ਮਰੀਜ਼ ਸਾਡੇ ਕੋਲ ਓਪੀਡੀ ਦੇ ਵਿੱਚ ਆਇਆ। ਅਸੀਂ ਇਹਦੇ ਕੁਛ ਟੈਸਟ ਕਰਾਏ, ਸੀਟੀ ਸਕੈਨਸ ਕਰਾਏ, ਉਹਦੇ ਵਿੱਚ ਅਸੀਂ ਦੇਖਿਆ ਕਿ ਇਹਨੂੰ ਇੱਕ ਲੰਗਸ ਦੇ ਵਿੱਚ ਜਿਹੜੀ ਬਿਮਾਰੀ ਹੁੰਦੀ ਆ ਪੈਰਾਸਿਟਿਕ ਬਿਮਾਰੀ, ਹਾਈਡਰੇਟਿਡ ਲੰਗ, ਉਸ ਤੋਂ ਗ੍ਰਸਤ ਹੈ ਇਹ ਮਰੀਜ਼। ਜਿਹਨਾਂ ਦੇ ਘਰ ਵਿੱਚ ਪਸ਼ੂ, ਜਾਨਵਰ, ਪਾਲਤੂ ਕੁੱਤੇ ਜਾਂ ਜਿਹੜੇ ਲੋਕ ਕੱਚੀ ਸਬਜ਼ੀਆਂ, ਕੱਚਾ ਸਲਾਦ ਖਾਂਦੇ ਨੇ, ਉਹਨਾਂ ਮਰੀਜ਼ਾਂ ਦੇ ਵਿੱਚ ਇਹ ਪ੍ਰੋਬਲਮ ਕਾਮਨਲੀ ਹੋ ਜਾਂਦੀ ਹੈਗੀ। ਇਹ ਜਿਹੜਾ ਪੈਰਾਸਿਟਿਕ ਇਨਫੈਕਸ਼ਨ ਜਾਂ ਰਸੌਲੀ ਹੈ, ਸਭ ਤੋਂ ਕਾਮਨਲੀ ਸਾਡੇ ਲਿਵਰ ਦੇ ਵਿੱਚ ਯਾਨੀ ਜਿਗਰ ਦੇ ਵਿੱਚ ਬਣਦੀ ਹੈ। ਇਸ ਮਰੀਜ਼ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਖੱਬੀ ਛਾਤੀ ਦੇ ਵਿੱਚ ਇੱਕ ਵੱਡੀ ਸਾਰੀ ਸਿਸਟ ਜਮਾ ਹੋਈ ਹੈ, ਜਿਹਨੂੰ ਅਸੀਂ ਦੂਰਬੀਨ ਰਾਹੀਂ ਛਾਤੀ ਦੇ ਓਪਰੇਸ਼ਨ ਦੁਆਰਾ ਅਸੀਂ ਕੱਢਾਂਗੇ, ਔਰ ਇਹਦੇ ਵਿੱਚ ਸਾਨੂੰ ਫੇਫੜਾ ਕੱਢਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਸਾਡੀ ਟੈਕਨੀਕ ਦੇ ਨਾਲ ਅਸੀਂ ਫੇਫੜਾ ਬਚਾਉਂਦੇ ਹਾਂ, ਬਿਮਾਰੀ ਕੱਢਦੇ ਹਾਂ ਅਤੇ ਵਾਪਸ ਪੇਸ਼ੈਂਟ ਨੂੰ ਸਵਸਥ ਕਰਨ ਲਈ ਉਹਦਾ ਇਲਾਜ ਕਰਦੇ ਹਾਂ। ਪਰ ਅਕਸਰ ਮੈਂ ਦੇਖਦਾ ਹਾਂ ਮਰੀਜ਼ਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਕਿੱਥੇ ਆਉਣਾ ਹੈਗਾ ਹੈ, ਕਿਹਨੂੰ ਦਿਖਾਉਣਾ ਹੈ ਅਤੇ ਕੀ ਇਲਾਜ ਕਰਾਉਣਾ ਹੈ। ਲੰਗ ਹਾਈਡਰੇਟਿਡ ਇੱਕ ਸਰਜੀਕਲੀ ਮੈਨੇਜਡ ਪ੍ਰੋਬਲਮ ਹੈ, ਆਪਾਂ ਸਰਜਰੀ ਦਾ ਹੀ ਇਹਦਾ ਇਲਾਜ ਕਰੀਦਾ ਹੈ ਅਤੇ ਪੇਸ਼ੈਂਟ ਠੀਕ ਹੋ ਜਾਂਦੇ ਹੈਗੇ ਨੇ। ਸੋ ਟਾਈਮਲੀ ਤੁਸੀਂ ਸੰਪਰਕ ਕਰੋ ਤੁਹਾਡੇ ਨੇੜੇ ਦੇ ਚੈਸਟ ਸਰਜਨ ਨੂੰ ਤਾਂ ਕਿ ਇਹਦਾ ਇਲਾਜ ਕਰਕੇ ਤੁਹਾਨੂੰ ਸਵਸਥ ਜੀਵਨ ਦਿੱਤਾ ਜਾਵੇ। ਸਤਿ ਸ਼੍ਰੀ ਅਕਾਲ।